ਅਵਾਜੀਕਾਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਬਲਵਿੰਦਰ ਸਿੰਘ ਬੈਂਸ ਬੀਤੇ ਦਿਨੀ ਅੰਮ੍ਰਿਤਸਰ ਪੁੱਜੇ ਅਤੇ ਇੱਥੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਕਿ ਖੇਤੀ ਆਰਡੀਨੈਂਸ ਦੇ ਖਿਲਾਫ ਉਹਨਾਂ ਨੇ ਸਾਈਕਲ ਯਾਤਰਾ ਕੀਤੀ, ਲੇਕਿਨ ਹੁਣ ਖੇਤੀ ਆਰਡੀਨੈਂਸ ਲਾਗੂ ਹੋ ਚੁੱਕਿਆ ਹੈ। ਬਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਕਿਸਾਨਾਂ ਦੇ ਲਈ ਕਾਲਾ ਦਿਨ ਹੈ, ਹੁਣ ਉਹ 23 ਤਾਰੀਖ ਨੂੰ 10 ਵਜੇ ਫਤਿਹਗੜ੍ਹ ਸਾਹਿਬ ਤੋਂ ਚੱਲਣਗੇ ਅਤੇ ਪਾਰਲੀਮੈਂਟ ਦਾ ਘਿਰਾਓ ਕਰਨਗੇ। ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਿਰਫ ਗੱਲਾਂ ਕਰ ਰਹੇ ਨੇ, ਜਦੋਂ ਪੰਜਾਬ ਦੇ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ ਉਦੋਂ ਪੰਜਾਬ ਸਰਕਾਰ ਦੁਆਰਾ ਉਹਨਾਂ 'ਤੇ ਪਰਚੇ ਦਰਜ ਕੀਤੇ ਗਏ ਸਨ ਅਤੇ ਹੁਣ ਉਹ ਖੁਦ ਨਾਲ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਲਈ ਕਹਿ ਰਹੇ ਨੇ। ਹੋਰ ਕੀ ਕਿਹਾ ਬਲਵਿੰਦਰ ਸਿੰਘ ਬੈਂਸ ਨੇ ਇਸ ਮੀਟਿੰਗ ਦੇ ਵਿੱਚ, ਆਓ ਦੇਖਦੇ ਹਾਂ। ਅੱਜ ਦੀ ਪ੍ਰੈਸ ਕਾਨਫਰੰਸ ਅਸਲ 'ਚ ਅੱਜ ਕਿਸਾਨ ਲਈ ਕਾਲਾ ਦਿਨ ਹੈ। ਜਿਹੜੇ ਕਿਸਾਨ ਨੇ ਭੁੱਖੇ ਦੇਸ਼ ਦਾ ਢਿੱਡ ਭਰਿਆ, ਅੱਜ ਉਸ ਕਿਸਾਨ ਦੇ ਖਿਲਾਫ ਜਿਹੜਾ ਆਰਡੀਨੈਂਸ ਆਇਆ ਸੀ ਜਿਹਦੇ ਲਈ ਅਸੀਂ ਅੰਮ੍ਰਿਤਸਰ ਤੋਂ ਸਾਈਕਲ ਯਾਤਰਾ ਚੰਡੀਗੜ੍ਹ CM ਹਾਊਸ ਤੱਕ ਕੀਤੀ ਸੀ, ਕੱਲ੍ਹ ਉਹ ਬਿੱਲ ਪਾਸ ਹੋ ਗਿਆ ਔਰ ਅਸੀਂ ਉਸ ਬਿੱਲ ਨੂੰ ਅਜੇ ਇੱਕ ਜ਼ਰੀਆ ਹੈ ਰੋਕਣ ਦਾ ਕਿ ਉਹ ਰਾਸ਼ਟਰਪਤੀ ਸਾਹਿਬ ਦੇ ਸਾਈਨ ਹੋਣ ਲਈ ਜਾਣਾ ਹੈ ਔਰ ਅਸੀਂ 23 ਤਰੀਕ ਨੂੰ ਸਵੇਰੇ 10 ਵਜੇ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਬਹੁਤ ਵੱਡਾ ਹਜ਼ਾਰਾਂ ਦੀ ਗਿਣਤੀ ਵਿੱਚ ਇੱਕ ਮੋਟਰਸਾਈਕਲ ਰੈਲੀ ਰੋਸ ਮਾਰਚ ਅਸੀਂ ਕਰਕੇ 23 ਤਰੀਕ ਦੀ ਰਾਤ ਕਰਨਾਲ ਰੁਕਾਂਗੇ ਅਤੇ 24 ਤਰੀਕ ਨੂੰ ਸਵੇਰੇ ਅਸੀਂ ਪਾਰਲੀਮੈਂਟ ਦਾ ਘਿਰਾਓ ਕਰਾਂਗੇ ਤਾਂ ਕਿ ਜਿਹੜੇ ਕਿਸਾਨ ਦੇ ਹੱਕ ਆ ਉਹਨਾਂ ਦੀ ਰਾਖੀ ਕੀਤੀ ਜਾ ਸਕੇ। ਜੇਕਰ ਸਿਆਸਤ ਬੜੀ ਹੋ ਰਹੀ ਹੈ ਇਹਦੇ ਵਿੱਚ, ਕੈਪਟਨ ਸਾਹਿਬ ਵੀ ਕਹਿ ਰਹੇ ਮੈਂ ਵੀ PM ਦਾ ਘਿਰਾਓ ਕਰਾਂਗਾ, ਅਕਾਲੀ ਦਲ ਵੀ ਕਹਿ ਰਿਹਾ, ਤੁਹਾਡੇ ਵੱਲੋਂ ਕੀ ਕੀਤਾ ਜਾਵੇਗਾ? ਕੈਪਟਨ ਸਾਹਿਬ ਕਹਿ ਰਹੇ ਆ, ਸੁਨੇਹਾ ਦੇ ਰਹੇ ਆ ਵੀ ਗੁੜ ਖਾ ਲਓ, ਕਿੱਥੇ ਆ ਗੁੜ, ਕੌਣ ਲੈ ਕੇ ਆਊ? ਕੈਪਟਨ ਸਾਹਿਬ ਕਹਿ ਰਹੇ ਆ ਜੇ ਤੁਸੀਂ ਜਾਣਾ ਤਾਂ ਚਲੋ ਮੈਂ ਨਾਲ ਚੱਲਦਾ। ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਆ ਪਰ ਮਗਰਮੱਛ ਦੇ ਹੰਝੂ ਵਹਾਉਂਦੇ ਆ। ਪਰ ਜਦੋਂ ਕਿਸਾਨ ਪਹਿਲੇ ਰੋਸ ਪ੍ਰਦਰਸ਼ਨ ਕਰ ਰਹੇ ਸੀਗੇ ਉਦੋਂ ਉਹਨਾਂ ਤੇ ਮੁਕੱਦਮੇ ਕੀਤੇ, ਉਦੋਂ ਡਾਂਗਾ ਮਾਰੀਆਂ, ਅੱਜ ਕਹਿਣ ਲੱਗ ਪਿਆ ਵੀ ਮੈਂ ਤੁਹਾਡੇ ਨਾਲ ਚੱਲਦਾ। ਪਹਿਲਾਂ ਡਾਂਗਾ ਮਾਰੀਆਂ, ਮੁਕੱਦਮੇ ਦਿੱਤੇ ਸਾਡੇ ਤੇ ਵੀ, ਜਦੋਂ ਅਸੀਂ ਸਾਈਕਲ ਯਾਤਰਾ ਕੀਤੀ ਸਾਡੇ ਤੇ 5 ਮੁਕੱਦਮੇ ਹੋਏ, ਹਾਂ 5 ਮੁਕੱਦਮੇ ਹੋਏ ਔਰ ਅੱਜ ਕੈਪਟਨ ਸਾਹਿਬ ਕਹਿੰਦੇ ਚਲੋ ਮੈਂ ਨਾਲ ਚੱਲਦਾ। ਕੈਪਟਨ ਸਾਹਿਬ ਤੁਹਾਨੂੰ ਰੋਕਦਾ ਕੌਣ ਹੈ? ਪਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਵੀ ਮਤਲਬ ਕਹਿੰਦੇ ਨੇ ਕਿਸਾਨ ਹਿੱਤ ਪਾਰਟੀਆਂ ਦੇ, ਹਰਜਿਮਰਤ ਕੌਰ ਬਾਦਲ ਕਹਿ ਰਹੀ ਕਿ ਮੈਂ ਰਾਤ ਬਣੀ ਹੈ ਕਿਸਾਨ ਹਿੱਤ, ਕਿਸਾਨ ਹਿੱਤ ਪਾਰਟੀ ਉਹ ਰਾਤ ਬਣੀ ਹੈ। ਪਹਿਲਾਂ ਕਿਹਦੇ ਹਿੱਤ ਸੀ? ਕੱਲ੍ਹ ਤੱਕ ਤਾਂ ਬਾਪੂ ਤੋਂ ਲੈ ਕੇ ਸਾਰਾ ਪਰਿਵਾਰ BJP ਦੇ ਹੱਕ 'ਚ ਬੋਲਦਾ ਰਿਹਾ, ਆਰਡੀਨੈਂਸ ਦੇ ਹੱਕ 'ਚ ਬੋਲਦਾ ਰਿਹਾ, ਕਹਿੰਦੇ ਸੀ ਆਰਡੀਨੈਂਸ ਬਹੁਤ ਵਧੀਆ, ਸਾਰਾ ਹੀ ਪਰਿਵਾਰ, ਵੱਡਾ ਬਾਦਲ ਅੱਡ, ਛੋਟੀ ਬਹੂ ਅੱਡ ਅਤੇ ਅਕਾਲੀ ਦਲ ਦਾ ਪ੍ਰਧਾਨ ਅੱਡ, ਉਹ ਤਿੰਨੇ ਹੀ ਜਣੇ ਵੱਖਰੇ ਵੱਖਰੇ ਸਪੀਕਰਾਂ 'ਤੇ ਵੱਖਰੇ ਵੱਖਰੇ ਚੈਨਲਾਂ 'ਤੇ ਬੋਲਦੇ ਸੀ ਵੀ ਆਓ ਅਸੀਂ ਕਿਸਾਨਾਂ ਨੂੰ, ਕਹਿੰਦੇ ਸੀ ਤੁਹਾਨੂੰ ਨਾਲ ਲੈ ਕੇ ਚੱਲੀਏ, ਤੁਹਾਡੀ ਤਸੱਲੀ ਕਰਾ ਦਈਏ, ਇਹ ਤਾਂ ਆਰਡੀਨੈਂਸ ਬਹੁਤ ਵਧੀਆ। ਅਤੇ ਰਾਤੋ ਰਾਤ ਹਾਲਾਤ ਦੇਖ ਕੇ ਕ੍ਰਿਕਟ ਵਾਂਗੂ ਰੰਗ ਬਦਲਿਆ, ਪਰ ਨਾਲ ਇਹ ਵੀ ਕਹਿ ਤਾ ਕਿ ਅਸੀਂ ਪੁਰਾਣੀ ਦਿਹਾੜੀ 'ਤੇ ਉੱਥੇ ਦਿਹਾੜੀ ਲਾਉਣ ਵੀ ਜਾਵਾਂਗੇ। ਦੋਹਰੀ ਚਾਲ, ਅਸਤੀਫਾ ਦਿੱਤਾ ਨਾਲ ਇਹ ਕਹਿਤਾ ਹਮਾਇਤ ਰਹੂਗੀ, ਹੁਣ ਹੈ ਅਸਲ 'ਚ ਆਰਡੀਨੈਂਸ ਦੀ ਸ਼ੁਰੂਆਤ ਹੋ ਗਈ। ਆਹੀ ਕੁਛ ਕਿਸਾਨ ਨਾਲ ਹੋਣਾ, ਕਿਸਾਨ ਦੇ ਨਾਲ ਹੋਣਾ ਕੀ ਆ, ਖੇਤ ਕਿਸਾਨ ਵਾਲਾ ਹੋਊਗਾ ਪਰ ਕਿਸਾਨ ਉਹਦੇ 'ਚ ਮਜ਼ਦੂਰ ਬਣ ਕੇ ਕੰਮ ਕਰੂਗਾ। ਆ ਜਿਹੜੀ ਦਿਹਾੜੀ ਲੈਂਦੇ ਸੀ ਸੈਂਟਰ ਸਰਕਾਰ 'ਚ ਵਜ਼ੀਰ ਸੀ, ਰਾਤ ਵਜ਼ੀਰੀ ਛੱਡੀ ਅਤੇ ਨਾਲ ਕਹਿਤਾ ਕਿ ਉਸੇ ਪੁਰਾਣੀ ਦਿਹਾੜੀ 'ਤੇ ਅਸੀਂ ਦਿਹਾੜੀ ਵੀ ਲਾਉਣ ਆਵਾਂਗੇ ਤੁਹਾਡੇ ਕੋਲ, ਹਮਾਇਤ ਵੀ ਕਰਾਂਗੇ। ਆ ਕਾਹਦਾ ਅਸਤੀਫਾ ਜੀ? ਕਿਸਾਨਾਂ ਵੱਲੋਂ ਜ਼ਹਿਰ ਨਿਕਲਿਆ ਗਿਆ ਬਾਦਲ ਦੀ ਕੋਠੀ ਦੇ ਬਾਹਰ, ਉਸਨੂੰ ਕਿਸਾਨ ਬਾਦਲ ਦੀ ਕੋਠੀ ਦੇ ਬਾਹਰ ਕਿਸਾਨ ਨੇ ਜ਼ਹਿਰ ਖਾਧਾ। ਅਸਲ 'ਚ ਤਾਂ ਜ਼ਹਿਰ ਮੈਨੂੰ ਕਹਿਣਾ ਨਹੀਂ ਚਾਹੀਦਾ, ਪਰ ਜ਼ਹਿਰ ਬਾਦਲ ਨੂੰ ਅਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਖਾਣਾ ਚਾਹੀਦਾ ਸੀਗਾ ਅਤੇ ਆ ਕੇ ਕਹਿਣਾ ਚਾਹੀਦਾ ਸੀ ਪਰਿਵਾਰ ਦੇ ਇੱਕ ਮੈਂਬਰ ਨੂੰ ਵੀ ਅਸੀਂ ਪੰਜਾਬ ਦੇ ਕਿਸਾਨ ਦੀ ਅਤੇ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਨਹੀਂ ਕਰ ਸਕੇ, ਇਸ ਕਰਕੇ ਸਾਡੇ ਪਰਿਵਾਰ ਦੇ ਫਲਾਣੇ ਮੈਂਬਰ ਨੇ ਜ਼ਹਿਰ ਖਾ ਲਿਆ। ਲੋਕ ਇਨਸਾਫ਼ ਪਾਰਟੀ ਕੀ ਕਰ ਰਹੀ ਹੈ ਜੀ? ਲੋਕ ਇਨਸਾਫ਼ ਪਾਰਟੀ 23 ਤਰੀਕ ਨੂੰ ਸਵੇਰੇ 10 ਵਜੇ ਸ਼ਹੀਦਾਂ ਦੀ ਪਵਿੱਤਰ ਧਰਤੀ, ਜਿੱਥੇ ਗੁਰੂ ਸਾਹਿਬ ਦੇ ਸਤਿਕਾਰਯੋਗ ਸਾਡੀ ਮਾਤਾ ਗੁਜਰੀ ਜੀ ਅਤੇ ਗੁਰੂ ਸਾਹਿਬ ਦੇ ਛੋਟੇ ਲਾਲਾ ਨੇ ਜਾਮੇ ਸ਼ਹਾਦਤ ਪੀ ਕੇ ਇੱਕ ਨਵਾਂ ਰਸਤਾ ਦਿੱਤਾ ਸੀ, ਉੱਥੋਂ ਇੱਕ ਬਹੁਤ ਵੱਡਾ ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਕਾਫਲਾ। ਜੇਕਰ ਅਸੀਂ ਗੱਲ ਕਰੀਏ ਜਦੋਂ ਤੁਸੀਂ ਇਹੋ ਜਿਹੀ ਰੈਲੀ ਕਰਦੇ ਤੁਹਾਨੂੰ ਅਰੈਸਟ ਕੀਤਾ ਜਾਂਦਾ ਵਾ, ਅਤੇ ਇੱਥੇ ਜੇ ਕੀਤਾ ਗਿਆ ਫਿਰ? ਮੈਂ ਤੁਹਾਨੂੰ ਬੇਨਤੀ ਕਰਾਂ, ਪਹਿਲਾਂ ਸਾਨੂੰ ਅਰੈਸਟ ਕਰਦੇ ਆ, ਇਕੱਲਾ ਅਰੈਸਟ ਨਹੀਂ ਛੋਟੇ ਵੀਰ ਕਰਦੇ, ਪਾਣੀਆਂ ਦਾ ਮਸਲਾ ਸੀ, ਸਾਨੂੰ ਡਾਂਗਾ ਮਾਰ ਕੇ ਵਿਧਾਨ ਸਭਾ 'ਚੋਂ ਬਾਹਰ ਸੁੱਟਤਾ। ਬਾਹਰ ਸੁੱਟਣ ਤੋਂ ਬਾਅਦ ਫਿਰ ਸੋਚਣ ਲੱਗ ਪਏ ਵੀ ਜਿਹੜੀ ਗੱਲ ਬੈਂਸ ਜਾਂ ਲੋਕ ਇਨਸਾਫ਼ ਪਾਰਟੀ ਕਹਿੰਦੀ ਉਹ ਬਿਲਕੁਲ ਠੀਕ ਆ, ਫਿਰ ਸਾਡੇ ਵਾਲਾ ਮਤਾ ਚੋਰੀ ਕਰਕੇ ਵਿਧਾਨ ਸਭਾ 'ਚ ਪਾਸ ਹੋ ਗਿਆ, ਫਿਰ ਅਸੀਂ ਕਿਸਾਨ ਦੇ ਹਿੱਤ 'ਚ ਤੁਰੇ। ਜਦੋਂ ਅਸੀਂ ਤੁਰੇ ਸੀ ਤਾਂ ਸਾਨੂੰ ਹਰ ਜਗ੍ਹਾ ਪੁਲਿਸ ਨੇ ਸਾਡੇ 'ਤੇ ਮੁਕੱਦਮਾ ਦਿੱਤਾ, ਡਾਂਗਾ ਮਾਰੀਆਂ, ਅਤੇ ਉਸ ਤੋਂ ਬਾਅਦ ਸਾਡੇ ਵਾਲਾ ਮਤਾ ਚੋਰੀ ਕਰਕੇ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ 'ਚ ਪੇਸ਼ ਕਰਦੇ ਆ ਕਿ ਮਤਾ ਰੱਦ ਕਰ ਦਿਓ।
ਪਹਿਲਾਂ ਕਿਸਾਨਾਂ ਦੇ ਡਾਂਗਾਂ ਮਾਰੀਆਂ, ਕਿਸਾਨਾਂ 'ਤੇ ਮੁਕੱਦਮੇ ਕੀਤੇ। ਇੱਕ ਸਟੇਟ 'ਚ ਦੋ ਕਾਨੂੰਨ ਚੱਲਦੇ ਹੈ। ਉਹ ਹੁਣ ਕੱਲ੍ਹ ਕਹਿੰਦਾ ਸੀ ਕਿਸਾਨਾਂ 'ਤੇ ਜਿੱਥੇ ਧਰਨਾ ਲੱਗੂਗਾ ਕੋਈ ਉਹਨਾਂ ਵਾਸਤੇ ਕੋਈ ਚੁਤਾਲੀ ਨਹੀਂ। ਸਾਨੂੰ ਕੱਲ੍ਹ ਵੀ ਅਰੈਸਟ ਕੀਤਾ। ਸਾਡੇ ਲਈ ਕਾਨੂੰਨ ਹੋਰ ਆ ਲੋਕ ਇਨਸਾਫ ਪਾਰਟੀ ਲਈ, ਪਰ ਸਾਨੂੰ ਕੋਈ ਪਰਵਾਹ ਨਹੀਂ। ਅਸੀਂ ਅਖੀਰਲੇ ਸਾਹ ਤੱਕ ਪੰਜਾਬ 'ਤੇ ਪੰਜਾਬੀਆਂ ਦੀ ਲੜਾਈ ਲੜਾਂਗੇ। ਔਰ 23 ਤਰੀਕ ਨੂੰ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਹਜ਼ਾਰਾਂ ਮੋਟਰਸਾਈਕਲਾਂ ਦਾ ਕਾਫਲਾ ਦਿੱਲੀ ਪਾਰਲੀਮੈਂਟ ਦਾ ਘਰਾਓ ਕਰਨ ਜਾਊਗਾ। 24 ਤਰੀਕ ਨੂੰ ਘਰਾਓ ਕਰਨ ਅਸਤੀਫਾ ਦੇਣ ਦੇ ਬਾਵਜੂਦ ਵੀ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਇਹ ਰੇਲਾ ਰੋਕਾਂਗੇ, ਕੀ ਮੰਨਦੇ ਹੋ? ਨਹੀਂ, ਅਸਤੀਫਾ ਕਦੋਂ ਦਿੱਤਾ? ਜਦੋਂ ਬਿੱਲ ਪਾਸ ਹੋ ਗਿਆ। ਅਸਤੀਫਾ ਤਾਂ ਉਦੋਂ ਦੇਣਾ ਚਾਹੀਦਾ ਸੀ ਜਦੋਂ ਕੈਬਨਿਟ 'ਚ ਆਇਆ ਸੀਗਾ, ਜਦੋਂ ਇਹ ਜਿਹੜਾ ਮੈਮੋਰੰਡਮ ਜਿਹੜਾ ਮੰਗ ਸੀਗੀ ਜਦੋਂ ਕੈਬਨਿਟ 'ਚ ਆਈ, ਉਦੋਂ ਹਰਸਿਮਰਤ ਨੂੰ ਕੈਬਨਿਟ 'ਚੋਂ ਵਾਕਆਊਟ ਕਰ ਜਾਣਾ ਚਾਹੀਦਾ ਸੀਗਾ। ਪਤਾ ਲੱਗ ਜਾਂਦਾ ਵੀ ਅਕਾਲੀ ਦਲ ਬਾਹਰ ਹੋ ਗਿਆ। ਹੁਣ ਜਦੋਂ ਪਾਸ ਹੋ ਗਿਆ, ਹੁਣ ਅਸਤੀਫੇ ਦਾ ਕੀ ਫਾਇਦਾ? ਲਾਸਟ ਸਵਾਲ ਹੋਵੇਗਾ, ਅਕਾਲੀ ਦਲ ਕਾਂਗਰਸ ਨਾਲ ਰਲ ਮਿਲ ਲੱਗਦੀ ਤੁਹਾਨੂੰ? ਤੁਹਾਨੂੰ ਸ਼ੱਕ ਲੱਗਦਾ? ਪੂਰੀ ਘਿਓ ਖਿਚੜੀ ਹੈ ਕਾਂਗਰਸ ਅਤੇ ਅਕਾਲੀ ਦਲ, ਪੂਰੀ ਘਿਓ ਖਿਚੜੀ ਹੈ। ਜਦੋਂ ਪਹਿਲਾਂ ਇਹ ਉਹਨਾਂ ਦੇ ਪੱਤੇ ਫੋਲਦੇ ਆ, ਫਿਰ ਸੈਂਟਰ ਦੇ ਮਿਨਿਸਟਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੱਤੇ ਫੋਲਤੇ ਵੀ ਤੁਸੀਂ ਵੀ ਆਏ ਸੀਗੇ, ਤੁਸੀਂ ਵੀ ਹਰੀ ਝੰਡੀ ਦੇ ਗਏ ਸੀ। ਇਹ ਅਸਲ 'ਚ ਦੋਨੇ ਮਗਰਮੱਛ ਦੇ ਹੰਝੂ ਵਹਾਉਂਦੇ ਆ। ਉੱਥੇ ਜਾ ਕੇ ਗੱਲ ਹੋਰ ਕਰਦੇ ਆ, ਪੰਜਾਬ 'ਚ ਆ ਕੇ ਗੱਲ ਹੋਰ ਕਰਦੇ ਆ, ਪੰਜਾਬ ਨੂੰ ਪਹਿਲਾਂ ਵੇਚ ਆਉਂਦੇ ਆ ਉੱਥੇ ਜਾ ਕੇ, ਅਤੇ ਮੁੜ ਕੇ ਆ ਕੇ ਇੱਥੇ ਕਹਿੰਦੇ ਵੀ ਅਸੀਂ ਪਾਣੀ ਡੋਲਦੇ ਆ। ਗੁਰਜੀਤ ਸਿੰਘ ਓਹਲਾ ਅਤੇ MP ਡਿੰਪੇ ਜੀ ਵੱਲੋਂ ਉੱਥੇ ਵੀ ਜਿਹੜੇ